اس صورت نو کیونکہ روح میں یہ کشمیر
نہیں
મેરા ઇરાદા ઇન્શાઅલ્લાહ મેં નું સંજે નું શાવરત ના અસી તે નામ દરસે જમીન શરૂ કરી હે ઇન્શાઅલ્લાહ સાડે બચ્ચે તે આલમ બનન તે તે કારી બનન તે તે ગ્રા દોર હદીસ હોલે તાકે કે થોય જગે એ ઇસ તરહ દા મદરસા કોઈ ની દરસે જમીન આલા સારે હાફર બના કે છોડ દેન ઓ ફિર હાફર કે કરન તો સારે પતા ઓ જે ચાન ચાન ને ਉਨਾ ਛੋੜ ਦੇ ਦੇ ਨਾਮ ਪੜਾ ਦੇ ਇਸ ਵਾਕਿਆ ਸੀ ਨਾ ਛੋੜਨਾ ਨਹੀਂ ਨਾ ਬੱਚਾ ਇਹਨਾਂ ਆਲਮ ਬਣਾਣਾ ਇਹਨਾਂ ਕਾਰੀ ਬਣਾਣਾ ਇਹਨਾਂ ਮੁਦਰਸ ਬਣਾਣਾ ਇਹਨਾਂ ਖਤੀਬ ਬਣਾਣਾ ਤਾਂ ਕਿ ਜਿਸ ਸ਼ਹਿਰ ਵਿੱਚ ਮੈਂ ਜਾਵਾਂ ਜਿੱਥੇ ਤਕਰੀਰ ਕਰਾਂ ਅਗੇ ਮੁਦਰਸ ਸਾਹਿਬ ਬੈਠੇ ਹੋ ਮੈਂ ਪੁੱਛਾਂ ਮੁਦਰਸ ਸਾਹਿਬ ਤੁਸੀਂ ਕਿੱਥੇ ਹੋ ਉਹ ਕਹਿੰਦੇ ਕਾਰੀ ਸਾਹਿਬ ਪਰੇਸ਼ਾਨ ਹੋ ਗਿਆ ਮੈਂ ਵੀ ਥੋਏਗਾ ਮੇਰਾ ਵੀ ਸੀਨਾ ਛੋੜੋ ਯਾਰ ਮੇਰੇ ਥੋਏ ਤੁਸੀਂ ਮੁਦਰਸ ਬਣ ਕੇ ਨਿਕਲ ਰਹੇ ਮੇਰੇ ਥੋਏ ਤੇ ਖਤੀਬ ਜਨਾਬ ਇਸ਼ਤਿਹਾਰ ਹੋਣ ਲੱਗੇ ਹੋ ਜਿੱਦਾਂ ਮੈਂ ਮੀਆਂ ਵਾਲੀ ਜਾਵਾਂ ਡੇਰੇ ਜਾਵਾਂ ਮੁਲਤਾਨ ਜਾਵਾਂ ਕਿ ਉਹਨਾਂ ਦੇ ਇਸ਼ਤਿਹਾਰ ਲੱਗੇ ਹੋ ਫਲਾਣਾ ਸਾਹਿਬ ਮੈਂ ਤਦਮ ਵੀ ਆਉਂ ਇੱਕ ਨਾ ਓਏ ਤੂੰ ਹੀ ਬੱਚਾ ਜਿਹੜਾ ਸਾਡੇ ਮਦਰਸੇ ਜਿਫਸ ਕੀਤਾ ਸੀ ਅੱਜ ਮਾਸ਼ਾਅੱਲਾ ਖਤੀਬ ਬਣ ਗਿਆ ਅੱਜ ਤੇ ਇਸ਼ਤਿਹਾਰ ਆ ਗਿਆ ਮੇਰਾ ਸੀਨਾ ਵੀ ਚੜਾ ਹੋ ਜਾਏਗਾ ਔਰ ਮੈਂ ਫਿਰ ਸਕੂਨ ਨਾਲ ਮੌਤ ਵੀ ਆ ਜਾਏਗੀ ਕਿ ਚੱਲ ਚਿਸ਼ਤੀ ਹੁਣ ਤੁਰ ਜਾ ਹੁਣ ਤੂੰ ਤੁਰ ਵੀ ਜਾ ਹੁਣ ਥੋੜੇ ਵਿੱਚ ਮਰੇ ਤੇਰੇ ਯਾ ਰਸੂਲਲਾ ਕਹਣੇ ਆਨੇ ਤਿਆਰ ਹੋ ਗਏ ਸੋਚੋ ਬਿਲਕੁਲ ਸੀਨੇ ਸਦਾ ਪੀਣਾ ਜੇ ਤੁਸੀਂ ਕਿਹੜਾ ਕਰਦੇ ਨਾ ਸੋ ਫਿਰ ਭਇਆ ਹੋ ਗਿਆ ਤੇ ਉਹ ਹੋ ਗਿਆ ਤੁਸੀਂ ਬਿਲਕੁਲ ਇਹਨਾਂ ਦੇ ਦਸਤੋ ਬਾਜ਼ੂ ਬਣ ਗਏ ਸਾਹਿਬ ਕਾਰੀ ਮੁਸ਼ਤਾਕ ਸਾਹਿਬ ਡਾਕਟਰ ਸਾਹਿਬ ਇਸ ਮਦਰਸੇ ਦੇ ਮੁੰਤਜ਼ਮ ਔਰ ਕਿਤਨਾ ਕਾਰੀ ਫਰੀਦ ਸਾਹਿਬ ਇਸ ਮਦਰਸੇ ਦੀ ਰੌਣਕ ਔਰ ਇਸ ਇਹਨਾਂ ਬੱਚਿਆਂ ਦੇ ਉਸਤਾਦ ਔਰ ਇਤਨੇ ਮਿਹਨਤੀ ਉਸਤਾਦ ਯਕੀਨ ਕਰੋ ਕਿਉਂ ਕਿਉਂ ਮਿਹਨਤੀ ਉਹਦੀ ਵਜ੍ਹਾ ਅਸਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸਭ ਤੋਂ ਇਹ ਮੈਂ ਤੁਹਾਨੂੰ ਬਿਲਕੁਲ ਸਹੀ ਗੱਲ ਕਰ ਰਿਹਾ ਤੁਸੀਂ ਮਾਸ਼ਾਅੱਲਾ ਇਤਨੀ ਮਿਹਨਤ ਕਰ ਰਹੇ ਹੋ ਤੋ ਇਨਸ਼ਾਅੱਲਾ ਇਸ ਇਦਾਰੇ ਮਜ਼ੀਦ ਮੁਸਤਕਬਲ ਸਾਰੇ ਕਰੋ ਡਾਕਟਰ ਸਾਹਿਬ ਕਿਬਲਾ ਕਾਰੀ ਸਾਹਿਬ ਰੀਲ ਸਾਹਿਬ ਇਹਨਾਂ ਦੀ ਪੂਰੀ ਟੀਮ ਮੁੰਤਜ਼ਮਾ ਇਹ ਮਹੱਲਾ ਵੀ ਮੁਬਾਰਕਬਾਦ ਹੋ ਤੁਸੀਂ ਵੀ ਬੜੇ ਖੁਸ਼ ਨਸੀਬ ਹੋ ਜਿਸ ਮਹੱਲੇ 'ਚ ਕੁਰਾਨ ਦੀਆਂ ਆਵਾਜ਼ਾਂ ਆਉਣੀਆਂ ਥੋੜਾ ਖੁਸ਼ ਨਸੀਬੀ ਸਾਡੀ ਕਿ ਕੁਰਾਨ ਦੀ ਆਵਾਜ਼ ਦੀ ਗੱਲ ਵਿੱਚ ਕੁਰਾਨ ਦੀਆਂ ਆਵਾਜ਼ਾਂ ਇਹ ਤੁਸੀਂ ਦੋ ਹਰਿਆਣੇ ਇਲਾਕਾ ਤੁਸੀਂ ਮੈਂ ਤੱਕੋ ਨਾ ਤੀਰ ਬਣਾਉਣ ਵਾਲਾ ਖਰੀਦ ਕੇ ਦੇਣ ਵਾਲਾ ਤੇ ਚਲਾਉਣ ਵਾਲਾ ਹੁਣ ਤੀਰ ਤੇ ਇਹਨੇ ਬਣਾ ਦਿੱਤਾ ਠੀਕ ਹੈ ਚਲਾ ਵੀ ਇਹ ਰਹਿ ਲੇਕਿਨ ਹੁਣ ਤੀਰ ਦੇਣੇ ਤੇ ਤੁਸਾਂ ਨਾ ਤੁਸੀਂ ਦੱਸੋ ਤੇ ਤੀਰ ਬਣ ਸੀ ਨਾ ਲੱਕੜੀ ਤੁਸਾਂ ਦੇਣੀ ਇਹਦਾ ਫਿਰ ਬਣਾ ਦੇਣਾ ਤੀਰ ਫਿਰ ਇਹਦਾ ਚਲਾ ਦੇਣਾ ਫਿਰ ਉਹ ਜਦੋਂ ਤੀਰ ਚੱਲੇਗਾ ਕਿਆਮਤ ਤੱਕ ਫਿਰ ਜਦੋਂ ਕੁਰਾਨ ਪੜ੍ਹਦਾ ਰਹੇਗਾ ਹਜ਼ੂਰ ਫਰਮਾਉਂਦੇ ਕੁਰਾਨ ਪੜ੍ਹਨ ਵਾਲਾ ਔਲਾਦ ਬਹਿਣ ਵਾਸਤੇ ਇਤਨਾ ਸਦਕਾ ਜਾਰੀ ਹੈ ਹਜ਼ੂਰ ਫਰਮਾਉਂਦੇ ਨੇ ਔਲਾਦ ਜਿਹੜੀ ਕੁਰਾਨ ਪੜ੍ਹਦੀ ਹਜ਼ੂਰ ਫਰਮਾਉਂਦੇ ਨੂੰ ਇੱਕ ਇੱਕ ਸਾਹ ਲੈਂਦੀ ਉਹਦੇ ਹਰ ਸਾਹ ਦੇ ਬਦਲੇ ਅੱਲਾ ਦੇ ਬਾਦਿਆਂ ਨੂੰ ਨੇਕੀਆਂ ਪਾ ਦੋ ਇਸ ਰਸਤੇ ਆਖਰ ਇੱਕ ਵਾਰ ਫਿਰ ਉਸਾਰੀ ਇਹ ਕਿਹਾ ਸੀ ਇਸ ਇਦਾਰੇ ਨੂੰ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਕਰੋ ਔਰ ਮਿਲਾਦ ਕਮੇਟੀਆਂ ਵੀ ਮੈਂ ਹਦੀਆ ਤਕਰੀਬ ਪੇਸ਼ ਕਰ ਸਕਦੀ ਹਾਂ ਇਹਨਾਂ ਵੀ ਬਿਲਕੁਲ ਮੈਂ ਸਲਾਮ ਪੇਸ਼ ਕਰਨਾ ਮਹੱਲਾ ਕਲਿਆਰ ਦੀ ਮਿਲਾਦ ਕਮੇਟੀ ਨੌਜਵਾਨ ਜਿਹਨਾਂ ਮਸਜਿਦ ਅੱਡੀ ਸੋਹਣੀ ਸਜਾਈ ਔਰ ਮਸਜਿਦ ਅੱਲਾ ਨਾ ਘਰ ਸਜਾਇਆ ਅਜੇ ਤੁਮਾਰ ਇੱਕ ਨੌਜਵਾਨ ਥੱਕਿਆ ਉਹ ਮਸਜਿਦ ਸ਼ਰੀਫ ਦੀ ਦੀਵਾ ਜਲਾ ਰਹੇ ਸੀ ਰੋਸ਼ਨੀ ਕਰ ਰਹੇ ਸੀ ਉਸ ਟਾਈਮ ਦੀਵੇ ਜਲਨੇ ਸਨ ਤੇ ਹਤੁਮਾਰ ਉਸਨੂੰ ਬਤਾਇਆ ਤੇ ਬੁਲਾ ਕੇ ਨਾ ਉਸਦੀ ਪੇਸ਼ਾਨੀ ਅੱਗੇ ਬਾਬੇ ਔਰ ਮੇਰੀ ਪੇਸ਼ਾਨੀ ਨੂੰ ਬੋਸਾ ਦਿੱਤਾ ਉਸ ਹਤੁਮਾਰ ਪਾਕ ਨੇ ਉਸ ਬੱਚੇ ਦੀ ਪੇਸ਼ਾਨੀ ਚੁੰਮੀ ਤੇ ਫਰਮਾਇਆ ਬੱਚਾ ਤੈਨੂੰ ਮੁਬਾਰਕ ਹੋਵੇ ਉਸਨੇ ਕਹਾ ਤੂੰ ਕਿਸ ਗੱਲ ਦੀ ਫਰਮਾਇਆ ਤੂੰ ਅੱਲਾ ਦੇ ਘਰ ਵਿੱਚ ਰੋਸ਼ਨੀ ਕੀਤੀ ਅੱਲਾ ਤੇਰੀ ਕਬਰ ਰੋਸ਼ਨ ਕਰ ਦੇ ਜਨਾ ਅੱਲਾ ਦਾ ਘਰ ਰੋਸ਼ਨ ਕੀਤਾ ਸਜਾਇਆ ਆਬਾਦ ਕੀਤਾ ਇਹਨਾਂ ਵਾਸਤੇ ਮੈਂ ਯਾਰੀ ਕੈਸਾ ਕਿ ਜਸ਼ਨ ਸੋਹਣੇ ਦੇ ਮਨਾਏ ਤੇ ਕਮੀ ਰਹਿੰਦੀ ਨਹੀਂ ਜਸ਼ਨ ਸੋਹਣੇ ਦੇ ਮਨਾਏ ਤੇ ਕਮੀ ਰਹਿੰਦੀ ਸਦਕੇ ਜਾਈਏ
کرانے لگے نا مطلب سارے پکار ہو ہر چھوٹے کو سبحان اللہ یار میں نہ تھکے تسی تھکنا نہیں میں تھکا میں تیرا اتنے دور آیا اس کرانے دے وفادارا تو سچ کے جائے تقریر کرنے میں تقریب میں ڈی سی میں میں
شہید مدد سی نہ پیش ہویا تین جی میں پلان پلا کے تنا رہ گیا شہرا نو سے ہور چڑا کے عدالت کیا میں تے جج دا وچ دھوں تے نکلے کوئی چڑا آیا سبحان اللہ میں چاہیے میں کہتا میں کہنا جی اپ کیسے چشتی ہیں میں کہ میں ہی نہ دادا جی اپ کا جرم کیا ہے میں تے نہیں چاہیے بھائی کیا سر میں کہ میں کہ رات کی تا پھر میں اپنے چاچے دی پچھلی وجہ سی اے پی سی عدالت تے جائی سی او میں اپ ملک صاحب اے جرم ہی ساڈا تاج دار ختم نہ ہو یقین کرو جج کرسی تو کھڑا ہو گیا تے جڑا تفتیشی سی نا او ساڈا اے ایس آئی سی انہوں کہا نا کیوں تم نے ان کو ان پر ایف آئی آر کی ہے کہتا ہمیں اوپر سے آ رہا ہے وہ سب چپ ہو جب دہ ہو گیا بیٹھا ختم کر رہا ایف آئی آر کیوں تم نے ان پر ایف آئی آر یقین کرو تفتیشی باہر نکلا تو میں تھا میں تھا سر اور تو میرے نے کہا میں نہیں سامنے تفتیش کرنا نے کہتا چشتی صاحب اللہ رسول اللہ محمد.